ਅੱਜ ਦੇ ਨੌਜਵਾਨ ਆ ਕੇ ਗੱਲਾਂ ਕਰ ਰਿਹਾ ਕਿ ਮਿਸਲਾ ਨੂੰ ਦਬਾ ਲਿਆ ਕਿਉਂਕਿ ਮਹਾਰਾਜਾ ਰਜੀਤ ਸਿੰਘ ਜਾਦਾ ਤਕੜਾ ਸੀ ਉਹਨੇ ਕਿਸੇ ਨੂੰ ਦਬਾਇਆ ਨਹੀਂ 13 ਸਾਲ ਦਾ ਹੋ ਕੇ ਉਹ ਤੱਤੇ ਜੰਗ ਵਿੱਚ ਆ ਗਿਆ ਸੀ ਉਹਨੇ ਕਮਾਈ ਕੀਤੀ ਸੀ ਜੀ ਤਾਂ ਦੂਜੀਆਂ ਮਿਸਲਾਂ ਨੇ ਉਹਨੂੰ ਅਪਣਾਇਆ ਸੀ ਉਦੋਂ ਵੀ ਵੱਡ ਲਾਹੌਰ ਤੇ ਅਫਗਾਨਿਸਤਾਨ ਦੇ ਕਬਜ਼ਾ ਸੀ ਫ਼ਾਨਸਾ ਦਾ ਜੀ ਉਹਦੇ ਉੱਥੋਂ ਦੇ ਮਲਾਦ ਉਨੇ ਇਹ ਸੋਚਿਆ ਕਿ ਮੇਰੇ ਤੋਂ ਸਮਝਣਾ ਨਹੀਂ ਉਹਨਾਂ ਨੇ ਮਹਾਰਾਜ ਜੀ ਸਿੰਘ ਬਲਾਸਪੀ ਤੂੰ ਸਾਹ ਜੀ ਉਹਨੇ ਖੁਦ ਮਖਤਿਆਰੀ ਦਿੱਤੀ ਸੀ ਆਪਣੀਆਂ ਮਸਲਾਂ ਨੂੰ ਕਿ ਤੁਸੀਂ ਰੱਖੋ ਆਪਣੀ ਸਰਦਾਰੀ ਕਰੋ ਜੀ ਪਰ ਜਿੱਥੇ ਕਾਮਨ ਕੌਜ਼ ਆ ਗਿਆ ਮੈਂ ਤਾਂ ਯਾਰ ਹੈਰਾਨ ਹਾਂ ਕਿ ਪੰਜਾਬ ਚ ਕਿਸ ਤਰ੍ਹਾਂ ਦਾ ਪਸਰਜ ਰਿਹਾ ਜਿਹਨਾਂ ਨੂੰ ਇਤਿਹਾਸਿਕ ਪਿਛੋਕੜ ਨਹੀਂ ਪਤਾ ਉਹ ਅੱਜ ਸਾਨੂੰ ਇਤਿਹਾਸਿਕ ਪਿਛੋਕੜ ਸਿਖਾਉਣਾ ਚਾਹੁੰਦੇ ਆ ਖਾਲਸਾ ਰਾਜ ਇੱਕ ਵਾਰ ਬਣਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਬਣਾਇਆ ਸੀ ਖਾਲਸਾ ਰਾਜ ਦੀ ਸਥਾਪਨਾ ਉਹਨਾਂ ਨੇ ਕੀਤੀ ਸੀ ਮਿਸਲਾਂ ਨੂੰ ਇਕੱਠਿਆਂ ਕਰਕੇ ਜਿਹੜੇ ਪੰਜਾਬ ਦੇ ਲੋਕ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਕਬੀਲਿਆਂ ਦੇ ਵਿੱਚ ਸੀ ਆਪਣੇ ਆਪਸ ਦੇ ਵਿੱਚ ਲੜਾਈਆਂ ਕਰ ਰਹੇ ਸੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਸੀਗਾ ਤੇ ਅੱਜ ਕੀ ਯੋਜਨਾ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਥਕ ਜਥੇਬੰਦੀਆਂ ਪੰਥਕ ਨਾਮ ਤੇ ਜਥੇਬੰਦੀਆਂ ਜਿਹੜੀਆਂ ਪੰਥਕ ਹੋਣ ਚਾਹੇ ਨਾ ਹੋਣ ਉਹ ਪੰਥ ਲਈ ਲੋਕਾਂ ਲਈ ਕੁਝ ਕਰ ਰਹੇ ਹੋਣ ਜਾਂ ਨਾ ਕਰ ਰਹੇ ਹੋਣ ਪਰ ਉਹ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਵਿੱਚੋਂ ਅਸਲ ਪੰਥਕ ਲੋਕ ਨੇ ਜਿਹੜੇ ਅਸਲ ਪੰਥ ਦੇ ਲਈ ਲੋਕ ਖੜੇ ਨੇ ਇਨਸਾਨੀਅਤ ਲਈ ਲੋਕ ਖੜੇ ਨੇ ਉਹਨਾਂ ਨੂੰ ਇਕੱਠੇ ਕਿਵੇਂ ਕਰੋਗੇ ਦੇਖੋ ਇਹ ਹਿਸਟੋਰੀਕਲ ਫੈਕਟ ਹੈ ਮਿਸਲਾਂ ਕਦੇ ਇਕੱਠੀਆਂ ਨਹੀਂ ਹੋਈਆਂ ਮਹਾਰਾਜਾ ਰਣਜੀਤ ਸਿੰਘ ਤਗੜਾ ਹੋ ਗਿਆ ਸੀ ਤੇ ਮਿਸਲਾਂ ਨੂੰ ਉਹਦੇ ਅੱਗੇ ਸਰੈਂਡਰ ਕਰਨਾ ਪਿਆ ਸੋ ਕਦੀ ਏਕਤਾ ਨਹੀਂ ਹੁੰਦੀ ਹੁੰਦੀ ਕਿਉਂਕਿ ਹਰ ਬੰਦੇ ਦਾ ਆਪਣਾ ਈਗੋ ਦਾ ਇਸ਼ੂ ਹੈ